ਸਾਰਾ ਵਲੌਗ ਵੇਖ ਲੈਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈ। ਓ ਨਾ ਗਾਣਾ ਇੱਧਰ ਕੱਦੂ ਜੇ ਓ ਤੂੰ ਗੁਰਵਾਉਂਦੇ ਰੋਟੀਆਂ ਨੂੰ ਹੋ ਗਿਆ ਕੱਦੂ ਪਾਰਟੀ ਵਾਸਤੇ ਸਮਾਨ ਰੈਡੀ ਹੋਣ ਡਿਆ। ਗੁਰੂਆ ਧੰਨ ਭਾਗੇ ਸਾਡੇ ਜੋ ਦਰਸ਼ਨ ਹੋਏ ਤੁਹਾਡੇ ਹੈ। ਡ੍ਰੀਮ ਸਿਟੀ ਦੇ ਵਿੱਚ ਟਾਈਮ ਨੇ ਤੁਸੀਂ ਵੀ ਮਕਾਲੇ ਮੈਂ ਸੁਣਿਆ ਤੁਹਾਡਾ ਚੱਲ ਗੱਡੀਆਂ ਵਿੱਚ ਨਹੀਂ ਗੱਡੀਆਂ ਤੇ ਛੁੱਟ ਜਾਣਗੇ ਬਾਅਦ ਤੇ ਨਾ ਖਾਇਓ ਪਲੀਜ਼। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਵੀ ਮਿੱਤਰੋ ਹੋ ਜਾਓ ਤਿਆਰ। ਫਿਰ ਜਿਹੜੇ ਵੀਰ ਭਰਾ ਵਿੱਚ ਕਮੈਂਟ ਕਰਦੇ ਸੀਗੇ ਬਈ ਸਾਰੀਆਂ ਗੱਡੀਆਂ ਤੇ ਵਾੜੀਆਂ ਹੀ ਨੀ, ਬਈ ਉਹ ਵਲੌਗ ਤੁਹਾਡੇ ਵਾਸਤੇ ਲੈ ਕੇ ਆਉਣ ਲੱਗੇ ਆ ਤੇ ਗੱਡੀਆਂ ਸਾਰੀਆਂ ਜਿਹੜੀਆਂ ਮੈਂ ਕਹੀਆਂ ਸੀ ਉਹਨਾਂ ਵਿੱਚੋਂ ਸਿਰਫ ਇੱਕ ਦੋ ਗੱਡੀਆਂ ਜਿਹੜੀਆਂ ਉਹ ਨਹੀਂ ਆਉਣਗੀਆਂ, ਬਾਕੀ ਗੱਡੀਆਂ ਦਾ ਆਪਾਂ ਪਾਵਾਂਗੇ ਹਨੇਰ ਅੱਜ। ਅੱਜ ਜਿਹੜੇ ਵਲੌਗ ਅਸੀਂ ਆਹ ਡਾ ਬਣਾਉਣ ਲੱਗੇ ਆ ਨਾ ਕੱਦੂ ਚ ਸਾਰੇ ਗੱਡੀਆਂ ਵੀਰ ਭਰਾ ਹੋਰ ਵੀ ਬੜੇ ਵਾਰਦੇ ਕਿਉਂਕਿ ਬੜਿਆਂ ਨੂੰ ਸ਼ੌਂਕ ਹੁੰਦਾ ਇਸ ਚੀਜ਼ ਦਾ ਤੇ ਚਲੋ ਕਈਆਂ ਕੋਲ ਟਾਈਮ ਨਹੀਂ ਲੱਗਦਾ ਜਾਂ ਮਾਹੌਲ ਨਹੀਂ ਬਣਦਾ ਕਿਉਂਕਿ ਸਾਡਾ ਅਸੀਂ ਵੀ ਆਹ ਜਿਹੜੇ ਵਲੌਗ ਨੂੰ ਸ਼ੂਟ ਕੀਤਾ ਮੌਕੇ ਤੇ ਪਲਾਨ ਬਣਿਆ ਤੇ ਆਹ ਵੀ ਪਲਾਨ ਮੌਕੇ ਤੇ ਬਣਿਆ ਵਾ ਕਿਉਂਕਿ ਮੈਂ ਕਮੈਂਟ ਪੜੇ ਵਿੱਚ ਬੜੇ ਵੀਰਾਂ ਦੇ ਆਏ ਕਿ ਬਾਈ ਸਾਰੀਆਂ ਗੱਡੀਆਂ ਵਾਲਾ ਵਲੌਗ ਵੇਖਣਾ ਵਾ, ਮਜ਼ਾ ਨਹੀਂ ਆ ਉਹ ਮਜ਼ਾ ਨਹੀਂ ਆਉਣ ਡਿਆ ਤੇ ਤੁਹਾਡੇ ਵਾਸਤੇ ਲੈ ਕੇ ਆਉਣ ਡਏ ਆ। ਤੇ ਇੱਕ ਚੀਜ਼ ਦਾ ਮੈਨੂੰ ਬਹੁਤ ਗੁੱਸਾ ਹੈ ਗੁਰੀ ਹੈ, ਉਹ ਮੈਂ ਦੱਸ ਹੀ ਦੇਣ ਲੱਗਾ ਵਾ। ਅੱਗੇ ਮੈਂ ਪੈਰਸ ਦੇ ਸਵੇਰੇ ਗੱਲ ਪੈ ਗਿਆ ਇਸੇ ਗੱਲੋਂ ਤੇ ਵਲੌਗ ਸਾਰਾ ਵਲੌਗ ਵੇਖ ਲੈਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈ। ਆਟਾ ਬਾਟਾ ਜੇ ਤੁਸੀਂ ਵਲੌਗ ਵੇਖਣ ਤੋਂ ਪਹਿਲਾਂ ਜਾਂ ਬਾਅਦ ਚ ਚੈਨਲ ਨੂੰ ਸਬਸਕ੍ਰਾਈਬ ਨਾ ਕੀਤਾ ਤੇ ਆਟਾ ਬਾਟਾ ਜਿਹੜੇ ਸਮਝਦੇ ਆ ਤੇ ਇਹ ਫਿਰ ਸਮਝ ਲੈਣ ਮੇਰੇ ਭਰਾ ਹੈ, ਦੱਸਦੇ ਨੇ ਯਾਰ। ਤੁਸੀਂ ਸਾਰਿਆਂ ਨੇ ਵੀਰਾਂ ਭਰਾਵਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਆ, ਜਿਹੜਾ ਆਪਾਂ ਵਲੌਗ ਪਾਏ ਆ 2,500-3,000 ਕਮੈਂਟ ਆਇਆ ਤੇ ਕਮੈਂਟ ਸਾਰੇ ਪੋਜ਼ਿਟਿਵ ਆਏ। ਵਿਦਵਾਨ ਦੂਰ ਮੈਂ ਕਿਹਾ ਸੀ ਰਹੇ ਉਹ ਤੇ ਦੂਰ ਰਹੇ ਆ, ਬਹੁਤ ਥੈਂਕ ਯੂ ਉਹਨਾਂ ਦਾ, ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਦੂਰ ਰਹੇ ਜੇ ਇਸ ਚੀਜ਼ ਤੋਂ। ਤੁਸੀਂ ਨਹੀਂ ਕਮੈਂਟ ਕੀਤਾ, ਤੁਸੀਂ ਵਲੌਗ ਵੇਖਿਆ ਜ਼ਰੂਰ ਹੋਊਗਾ ਮੈਨੂੰ ਪਤਾ ਆ, ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਭਰਾ ਕਿ ਤੁਸੀਂ ਵਿਦਵਾਨ ਨਹੀਂ ਬਣੇ ਵਿੱਚ, ਤੇ ਸ਼ੁਕਰੀਆ। ਤੇ ਜਿਹੜੇ ਵੀਰਾਂ ਭਰਾਵਾਂ ਨੇ ਵਲੌਗ ਵੇਖਿਆ ਇੰਜੋਏ ਕੀਤਾ ਕਮੈਂਟ ਕੀਤੇ ਉਹਨਾਂ ਦਾ ਦਿਲੋਂ ਧੰਨਵਾਦ, ਠੀਕ ਆ। ਤੇ ਅਗਲਾ ਵਲੌਗ ਇੰਜੋਏ ਕਰਨ ਲਈ ਹੋ ਜਾਓ ਰੈਡੀ। ਵਲੌਗ ਚ ਦੋ ਤਿੰਨ ਸਰਪ੍ਰਾਈਜ਼ ਵੀ ਨੇ ਵੱਡੇ ਵੱਡੇ। ਆਹ ਵਲੌਗ ਦੇ ਵਿੱਚ ਸਰਪ੍ਰਾਈਜ਼ ਹੈਗੇ ਤਿੰਨ ਜਿਹੜੀਆਂ ਚੀਜ਼ਾਂ ਆਪਣੇ ਉਹਦੇ ਵਿੱਚ ਕਦੀ ਨਹੀਂ ਨਾ ਕੀਤੀਆਂ ਲੋਕਾਂ ਨੇ ਕੱਦੂ ਦੇ ਵਿੱਚ, ਉਹ ਚੀਜ਼ਾਂ ਹੀ ਕਰਨੀਆਂ ਵਾ ਇਹਦੇ ਵਿੱਚ, ਠੀਕ ਆ। ਤੇ ਇਹ ਸਰਪ੍ਰਾਈਜ਼ ਆ, ਤੁਸੀਂ ਵਲੌਗ ਦੇ ਵਿੱਚ ਹੀ ਵੇਖਿਓ ਜਾਂ ਮੈਂ ਟਾਈਟਲ ਪਾਊਂਗਾ ਜਦੋਂ ਵਲੌਗ ਪਾਊਂਗਾ ਉਹਦੇ ਵਿੱਚ ਵੇਖਿਓ ਤੇ ਇੰਜੋਏ ਕਰਿਓ। ਪੂਰਾ ਡਿਫਰੈਂਟ ਵਲੌਗ ਹੋਣਗੇ, ਆਹ ਵਾਲੇ ਕੱਦੂ ਵਾਲੇ ਤੇ ਆਪਾਂ ਪਹਿਲਾਂ ਹੀ ਪਾਏ ਆ, ਗੱਡੀਆਂ ਵਾਲੇ ਤਾਂ ਬਹੁਤ ਆ ਗਏ, ਗੱਡੀਆਂ ਵਾਲੇ ਤਾਂ ਗੱਡੀਆਂ ਦੇ ਨਾਲ ਨਾਲ ਆਪਾਂ ਹੋਰ ਚੀਜ਼ਾਂ ਕਰਨੀਆਂ ਵਾ, ਉਹ ਤੁਸੀਂ ਵਲੌਗ ਕਰਿਓ ਇੰਜੋਏ ਤੇ ਬਸ ਤੁਸੀਂ ਸਬਸਕ੍ਰਾਈਬ ਕਰ ਲਿਓ। ਮੈਂ ਅੱਗੇ ਕਹਿਣਾ ਹਟ ਗਿਆ, ਤੁਸੀਂ ਕਰਨ ਹਟ ਗਏ ਸੀ, ਹੁਣ ਤੁਸੀਂ ਸਬਸਕ੍ਰਾਈਬ ਕਰੋਗੇ ਕਿਉਂਕਿ ਮੈਂ ਆਟਾ ਬਾਟਾ ਪਾ ਚੁੱਕਾ ਆ, ਠੀਕ ਆ। ਦਿਲ ਕੀ ਬਾਤ, ਨਹੀਂ ਨਹੀਂ ਮੈਨੂੰ ਇੱਕ ਗੱਲ ਹੋਰ ਕਹਿ ਲੈਂਦੇ, ਠੀਕ ਹੈ ਠੀਕ ਹੈ ਠੀਕ। ਇੱਕ ਨਾ ਵਿੱਚ ਬੜੇ ਵੀਰਾਂ ਦੇ ਕਮੈਂਟ ਆਉਂਦੇ ਸੀ ਬਾਈ ਤੁਸੀਂ ਨਾ ਆ ਕੌਂਡਮ ਨਾ ਕਿਆ ਕਰੋ, ਤੁਸੀਂ ਆ ਟੱਟੀ ਨਾ ਕਿਆ ਕਰੋ, ਬਾਈ ਕੱਟੀ ਨੇ ਟੱਟੀ ਰਹਿਣਾ ਵਾ, ਲੈਟਰ ਨੇ ਕਿਹਾ ਹੁੰਦਾ ਚੇਂਜ ਨਹੀਂ ਹੋ ਜਾਣਾ, ਜਿਹੜੀ ਸੱਚ ਪੰਜਾਬੀ ਬੋਲੀ ਇਹ ਹੁੰਦੀ ਆ ਵੀਰ ਮੇਰੇ, ਠੀਕ ਆ। ਆਪਾਂ ਇਹ ਚੀਜ਼ ਤੋਂ ਲੈ ਯਾਰ ਲੈ ਇਹਨੇ ਟੱਟੀ ਗਿਆ ਵਿੱਚ, ਯਾਰ ਟੱਟੀ ਨੇ ਹੁਣ ਪੋਟੀ ਕਿਉਂ ਟੁੰਨ ਚੇਂਜ ਫੁੱਲ ਥੋੜੀ ਬਣ ਜਾਣਾ ਵਾ, ਇਹ ਚੀਜ਼ ਤੋਂ ਕਰਾਇਦ ਕਿਹੜੀ ਗੱਲ ਦੀ ਆ ਯਾਰ, ਆਪਾਂ ਹੀ ਕਰਦੇ ਆ ਆਪਣੇ ਸਰੀਰ ਚੋਂ ਨਿਕਲਦੀ ਆ, ਆਪਾਂ ਕਹਿੰਦੇ ਗੰਦੀ ਚੀਜ਼ ਧੋਂਦੇ ਵੀ ਆਪਣੇ ਥਰਾਂ ਹੀ, ਆਪਾਂ ਗੰਦੀ ਕਿੱਥੋਂ ਹੋ ਗਈ ਫਿਰ, ਹੈ ਮੰਨਿਆ ਵੇਸਟ ਮਟੀਰੀਅਲ ਆ ਪਰ ਨਿਕਲਦਾ ਆਪਣੇ ਸਰੀਰ ਚੋਂ ਹੀ ਆ, ਟੱਟੀ ਯਾਰ ਆਹ ਗੱਲ ਹੋਈ। ਜੇ ਕੋਈ ਲਾ ਕੇ ਪੱਦ ਮਾਰਦੇ ਓ ਮਾਈ ਗੋਡ ਇਹਨੇ ਪੱਦ ਮਾਰਦਾ, ਜੇ ਉਹਨੂੰ ਉਹਨੂੰ ਇੰਗਲਿਸ਼ ਕਹਿ ਦਈਏ ਫਾਟ ਕੀ ਫਾਟ ਕੇ ਫਾਟ ਕਹਿੰਦੇ ਆ, ਤੇ ਉਹ ਚੰਗਾ ਆਇੰਦਾ ਕਿਤੇ, ਉਹਦੀ ਸਮੈਲ ਵਧੀਆ ਜਾਂਦੀ ਆ, ਹੈ ਪੱਦ ਤੇ ਪੱਦ ਹੀ ਰਹਿਣਾ ਵਾ ਯਾਰ, ਇਹ ਚੀਜ਼ਾਂ ਜਿਹਨੂੰ ਨਹੀਂ ਨਾ ਆਉਂਦੀਆਂ ਛਿੱਕ ਪੱਦ ਡਕਾਰ ਉਹ ਬੰਦਾ ਫਿੱਟ ਹੀ ਨਹੀਂ ਆ, ਅਸੀਂ ਤਾਂ ਭੈਣ ਚ ਖੁਰਾਕ ਕਰ ਮਾਰੀਦੇ ਆ, ਇਹਨਾਂ ਲਾਗੇ ਧੂੰ ਪਾ ਛੱਡੀਦਾ ਯਾਰ, ਰਾਸ਼ਨ ਜਦੋਂ ਰਾਸ਼ਨ ਇੰਨਾ ਖਾਣਾ ਤੇ ਆਉਣਾ ਹੀ ਆ, ਤੇ ਮੇਰਾ ਵੀਰ ਜਿਹੜੇ ਵੀਰਾਂ ਨੂੰ ਇਹ ਚੀਜ਼ ਚੰਗੀਆਂ ਨਹੀਂ ਲੱਗਦੀਆਂ ਮੇਰੇ ਵਲੌਗ ਨਾ ਵੇਖਿਆ ਕਰੂੰਗੀ, ਇੰਨੀਆਂ ਗੱਲਾਂ ਜੱਟ ਮੂਡ ਬੰਦੇ ਆ, ਇੰਨੀਆਂ ਗੱਲਾਂ ਮੂੰਹ ਚੋਂ ਨਿਕਲਦੀਆਂ ਵਾ, ਠੀਕ ਆ। ਤੇ ਜਿਹੜੀਆਂ ਗਾਲਾਂ ਗੂਲਾਂ ਵਾ ਅਸੀਂ ਗਾਲਾਂ ਕਿਸੇ ਨੂੰ ਘਰੋੜ ਕੇ ਥੋੜੀ ਗਾਲ ਕੱਢਦੇ ਆ, ਉਹ ਗਾਲਾਂ ਨਾਰਮਲ ਹਾਸੇ ਮਜ਼ਾਕ ਚ ਕੱਢਦੇ ਆ, ਨਾਰਮਲ ਚੀਜ਼ਾਂ ਹੁੰਦੀਆਂ ਇਹ ਪਿੰਡਾਂ ਦੇ ਵਿੱਚ, ਕਿਸੇ ਨੂੰ ਥੋੜੀ ਕੱਢਦੇ ਅਸੀਂ, ਆਪਣੇ ਬੰਦਿਆਂ ਚ ਹਾਸਾ ਮਜ਼ਾਕ ਕਰਨ ਦੇ ਤੌਰ ਤੇ ਕੱਢ ਲਈ ਦੀ, ਮਾੜੀ ਮੋਟੀ ਜਾਂ ਮੂੰਹ ਚੋਂ ਨਿਕਲ ਜਾਂਦੀ ਕਿਉਂਕਿ ਨਿੱਕਿਆਂ ਦੀ ਆਦਤ ਪਈ ਹੁੰਦੀ ਆ ਆਪਾਂ ਨੂੰ ਇਹਨਾਂ ਚੀਜ਼ਾਂ ਦੀ।
विद्वान दूर रहने जे वेखने ठीक है अपना वेखो इंजॉय करो विद्वान बन की लोड़ नहीं है ठीक है तुम एक मैंने कहने तुम बड़ा सियाना बनना कई गल तू इत गड्डिया कदू जवाड़िया भी मैं सियाना बनता नहीं हाँ जो चीजा मेरे मैं जिंदगी च हुई वा उ मैं दसदा रहा वा मैं किसी के कंटेंट किसी का वेख के उन्हें इदा किया उन्हें इदा किया मैं तो कहना ही हट गया क्योंकि अं अपना इंजॉय करते हैं अपना फंक्शन करते हैं किसी का कोई लेना देना नहीं है ठीक है हर एक दिन अपने लाइफ होंगे किसी को माड़ा नहीं कहते अं अपना इंजॉय करते हैं अपने कंटेंट लेके आने बस बाकी लव यू ने गाड़ियां घुमाई है हाँ। उस दिन से 200-300 उस बंदों की स्टोरी तो मैं देख चुका हूं सारे भी करने लगे यार वो तो चीज है ना जे मान लो कोई होर बंदे हाडे तो पहला करदे आ अहीं उहनां दी बात करदे आ भाई सानू जिहड़ी चीज चंगी लगदी किसे दी भावें कॉपी कोई कॉपी समझी जावे जो मर्जी समझी जावे साडी कॉपी कर रहे बंदे अहीं इह कदी कहिंदे नहीं क्योंकि हर एक बंदे दा यार आपां आपणे शौक हुंदे आ किसे ने पहला कर लिया किसे ने बाद च कर लिया हुण इंस्टाग्राम ते रीलां सारे बणाउंदे आ अहीं कही जावांगे ओह कदी कॉपी करदा ओहदी कॉपी करदा ओह कॉपियां हुंदियां यार सारयां दे कंटेंट आपो आपणे हुंदे आ हर एक बंदे दा जी करदा कि आ वी कम्म करां सारे मेहनत करते इंजॉय कराया करो किसी को सड़न भुजन की बजाय काम आप करके वेख लिया करो जो तुम नहीं चंगा लगता जो माड़ा लगता ना करो चंगा लगता कर लिया करो अभी भी करते ही हम जो रीला बना शुरू की इंस्टा चला छुट्टी गल छुट्टी इंस्टा चला शुरू किया मेरे तो पहला कितने लोग चलाते ही कहने की गल हूँ बी सू कॉपी कर लिया जे कर लिया वो कर लिया बस इंजॉय करो लाइफ न कुछ नहीं लै जाना इतों सब कुछ इतने रह जाना वा जी चीज नाल जानी सिर्फ रब का ना आ ਉਹ ਲਿਆ ਕਰੋ ਤੇ ਬਾਕੀ ਆਪਣਾ ਇੰਜੋਏ ਜਿੰਨਾ ਵੱਧ ਤੋਂ ਵੱਧ ਹੁੰਦਾ ਵਾ ਕਿਸੇ ਦਾ ਦਿਲ ਦਿਖਾਉਣ ਤੋਂ ਬਿਨਾਂ ਇੰਜੋਏ ਜਿਹੜਾ ਕਰਨਾ ਉਹ ਕਰਿਆ ਕਰੋ ਇਹ ਨਹੀਂ ਕਿਸੇ ਦਾ ਦਿਲ ਦਿਖਾ ਕੇ ਆਖੀ ਅਸੀਂ ਇੰਜੋਏ ਕਰਦੇ ਹਾਂ ਇਤਨਾ ਬੋਲ ਕੇ ਆਪ ਕੈਮਰੇ ਕੇ ਅੱਗੇ ਹੈਲੋ ਨਹੀਂ ਬੋਲਿਆ ਜਾਂਦਾ ਕੈਮਰੇ ਕੇ ਅੱਗੇ ਬੰਦੇ ਕਮੈਂਟ ਤੋਂ ਮਾਰਦੇ ਰਹੇ ਤੇ ਐਸੇ ਕਰਦੇ ਯਾਰ ਆਪਾਂ ਜਿਹੜੀ ਚੀਜ਼ ਹੈਗੀ ਆ ਸੱਚਾਈ ਆਪਾਂ ਉਹੀ ਵਿਖਾਈ ਦੀ ਉਹੀ ਕਰੀਦਾ ਫਨ ਸ਼ਨ ਲਈ ਕਰੀਦਾ ਸਾਰਾ ਕੁਝ ਤੁਸੀਂ ਵੀ ਇੰਜੋਏ ਕਰਦੇ ਅਸੀਂ ਵੀ ਕਰਦੇ ਰਹਿੰਦੇ ਆ ਬਸ ਇਹੋ ਚੀਜ਼ ਇੰਜੋਏ ਕਰਿਆ ਕਰੋ ਫਿਰ ਮਜ਼ੇ ਲਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਨਹੀਂ ਕੀਤਾ ਕਿਉਂਕਿ ਕਈ ਬੰਦੇ ਇਹੋ ਜਿਹੇ ਹੈਗੇ ਆ ਉਹ ਵਲੌਗ ਵੀ ਵੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਯਾਰ ਕੁਝ ਨਹੀਂ ਕਹਜੇ ਲੱਗਾ ਠੀਕ ਹੈ ਤੁਸੀਂ ਵਲੌਗ ਤੁਹਾਡੇ ਲਈ ਬਣਾਈ ਤੁਸੀਂ ਵੇਖਣੇ ਆ ਇਹ ਸਬਸਕ੍ਰਾਈਬ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਪਤਾ ਲੱਗ ਜਾਂਦਾ ਕਿਹੜੇ ਟਾਈਮ ਵਲੌਗ ਆਉਂਦਾ ਵੈਸੇ ਤੇ ਪੱਕਾ ਟਾਈਮ ਆਪਾਂ 10 ਵਜੇ ਦਾ ਬੰਨਤਾ ਆ ਹੁਣ ਇੰਸਟਾਗ੍ਰਾਮ ਤੇ ਯਾਰ 13-14 ਲੱਖ ਫੋਲੋਵਰ ਆ ਠੀਕ ਹੈ ਹੁਣ ਉਹਨਾਂ ਵਿੱਚੋਂ ਕਈ ਬੰਦੇ ਇਹੋ ਜਿਹੇ ਹੈਗੇ ਜਿਹੜੇ ਫੋਲੋ ਨਹੀਂ ਕਰਦੇ ਪਰ ਰੋਜ਼ ਸਟੋਰੀ ਵੇਖਣ ਪੋਸਟਾਂ ਵੇਖਣ ਜ਼ਰੂਰ ਆਉਂਦੇ ਆ ਉਹਨਾਂ ਨੇ ਇਹ ਚੀਜ਼ ਵਿਖਾਉਣੀ ਦੀ ਲੋਕਾਂ ਨੂੰ ਲੈ ਅਸੀਂ ਥੋੜਾ ਢਿੱਲ ਨੂੰ ਫੋਲੋ ਕਰਦੇ ਹਾਂ ਯਾਰ ਕਿਸੇ ਨੂੰ ਫੋਲੋ ਕੀਤਾ ਕੀ ਹੋਜੂਗਾ ਜੇ ਆਪਾਂ ਨੂੰ ਕਿਸੇ ਦੀ ਚੀਜ਼ ਕੋਈ ਚੰਗੀ ਲੱਗਦੀ ਫੋਲੋ ਕਰਨ 'ਚ ਕੋਈ ਹਰਜ ਨਹੀਂ ਆ ਠੀਕ ਆ ਜੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਹੁਣ ਤਾਂ ਮੈਨੂੰ ਕਹਿਣਾ ਨਹੀਂ ਆਉਂਦਾ ਮੇਰੇ ਤਾਂ ਅੰਗਰੇਜ਼ੀ ਵੀ ਆਉਂਦੇ ਹੁੰਦੇ ਨਾ ਅੜਦੀ ਆ ਅਸੀਂ ਹੈ ਸ਼ੁੱਧ ਪੰਜਾਬੀ ਵਾਲੇ ਆ ਸਾਨੂੰ ਤਾਂ ਕਹਿਣਾ ਉਹ ਯਾਰ ਸਬਸਕ੍ਰਾਈਬ ਦਾ ਪੰਜਾਬੀ 'ਚ ਮਤਲਬ ਕੀ ਆ ਪਤਾ ਨਹੀਂ ਭਾਈ ਲੱਭਾਂ ਇਹ ਵੀ ਲੱਭ ਆਪਾਂ ਪੰਜਾਬੀ 'ਚ ਬੋਲਿਆ ਕਰਨਾ ਇਹ ਤਾਂ ਜੋ ਪਿੱਛੋਂ ਰੀਤ ਚੱਲਦੀ ਹੁੰਦੀ ਉਹੀ ਕਹਿੰਦੇ ਰਹਿੰਦੇ ਜੀ ਕਿਸੇ ਨੇ ਕਿਉਂਕਿ ਸਾਰੇ ਇਹੋ ਗੱਲ ਕਹਿੰਦੇ ਅਸੀਂ ਵੀ ਇਹੋ ਕਹਿੰਦੇ ਰਹਿੰਦੇ ਆ ਨਜ਼ਾਰੇ ਲਿਆ ਕਰੋ ਚਿੱਲ ਕਰਿਆ ਕਰੋ ਪਰ ਅੱਜ ਵਾਲੇ ਵਲੌਗ ਸੱਚੀ ਮੈਂ ਬੜਾ ਦਿਲੋਂ ਬਣਾਉਣ ਲੱਗਾ ਇਹ ਚੀਜ਼ ਸਾਰੀਆਂ ਗੱਡੀਆਂ ਕੱਦੂ ਚ ਵਾੜਨੀਆਂ ਗਾਹਕ ਬਣੋ ਲੱਭ ਲੈ ਗਈ ਸਬਸਕ੍ਰਾਈਬ ਦਾ ਮਤਲਬ ਕਿ ਸਾਡੇ ਗਾਹਕ ਬਣੋ ਗਲਤ ਨੀ ਕਹਿ ਰਹੇ ਆਹ ਵੇਲੋ ਯੂ ਆ ਤਾਂ ਕੱਢਿਆ ਵਾ ਗੂਗਲ ਤੋਂ ਤੇ ਕਿਉਂਕਿ ਇਹ ਵਲੌਗ ਸੱਚੀ ਬੜਾ ਦਿਲੋਂ ਬਣਾਉਣ ਡਿਆ ਵਾ ਹੁਣ ਖਾਣ ਪੀਣ ਦਾ ਸਾਰਾ ਸਮਾਨ ਇਕੱਠਾ ਜਿਹੜੇ 3 ਸਰਪ੍ਰਾਈਜ਼ ਹੈ ਵਿੱਚ ਤੁਹਾਡੇ ਵਾਸਤੇ ਉਹਨਾਂ ਵਿੱਚੋਂ ਇੱਕ ਦੋ ਦੇ ਬਾਲੇ ਵਧੀਆ ਨਾ ਜਿਹੜੇ ਕਿਸੇ ਨੇ ਕੀਤੇ ਨਹੀਂ ਹੋਣਗੇ ਮੇਰੇ ਹਿਸਾਬ ਨਾਲ ਜੇ ਕੀਤੇ ਵੀ ਹੋਣਗੇ ਵਧੀਆ ਗੱਲ ਆ ਕੋਈ ਚੱਕਰ ਨਹੀਂ ਆ ਤੇ ਅਸੀਂ ਵੀ ਉਹ ਚੀਜ਼ ਦੀ ਕੋਸ਼ਿਸ਼ ਕਰਨ ਲੱਗੇ ਆ ਤੇ ਇੰਜੋਏ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਗਾਹਕ ਬਣੋ ਚੈਨਲ ਦੇ ਸਾਡੇ ਚੈਨਲ ਦੇ ਗਾਹਕ ਬਣੋ ਭਾਜੀ ਲਵ ਯੂ ਆ ਮਿੱਤਰੋ ਲਵ ਯੂ ਮਿੱਤਰੋ ਸ਼ਾਮਾਂ ਨੂੰ ਕੱਦੂ ਪਾਰਟੀ ਵਾਸਤੇ ਸਮਾਨ ਰੈਡੀ ਹੋਣ ਡਿਆ ਕੀ ਬਾਤ ਹੈ ਹੈ ਸਰ ਜਾਓ ਇਹਨਾਂ ਨਹੀਂ ਨਹੀਂ ਬੋਲਣਾ ਪੈਣਾ ਭਾਜੀ ਲੋ ਵੀ ਕੱਦੂ ਦਾ ਵਲੌਗ ਵੀ ਕੱਟਣਾ ਜੇ ਆਪਾਂ ਹੈ ਹਾਂਜੀ ਕੀ ਬਾਤ ਹੈ ਯਾਰ ਕੋ ਇੰਜੋਏ ਕਰੋ ਲਾਈਫ ਨੂੰ ਹੈ ਗੁਰੀ ਉਸਤਾਦ ਹੈ ਵਜੇ ਮੈਂ ਤਾਂ ਨਿਆਰੇ ਲੋ ਬਸ ਜ਼ਿੰਦਗੀ ਦੇ ਪੈਸੇ ਕਿਹੜੇ ਨਾਲ ਲੈਣੇ ਨਾ ਚੀਜ਼ਾਂ ਨਾਲ ਲੈ ਜਾਣੀਆਂ ਨਾ ਖੁੱਲੀ ਜਾਓ ਇਹਨੂੰ ਮਾਰਦਾ ਹੈ ਬੜਾ ਸਵਾਲ ਲੱਗਣ ਦਾ ਮੈਂ ਠੁੰਗਾ ਜਾਂ ਮਾਰਾਂ ਨਾ ਠੁੰਗਾ ਜਾਂ ਮਾਰਾਂ ਤਾਂ ਇੱਕ ਹੈ ਓਏ ਹੋਰ ਕੀ ਲੈਗਾ ਸਮਾਨ ਲੈਣਾ ਕੰਮ ਤਾਂ ਵੈਸੇ ਗੁਰੀ ਮੈਂ ਵੀ ਬੜੇ ਕਰਦਾ ਰਿਹਾ ਦੱਸਣੇ ਬਹਿ ਗਏ ਸਾਰਿਆਂ ਨੂੰ ਮੈਂ ਕੀ ਕੰਮ ਕਰਦਾ ਰਿਹਾ ਹੈ ਸਹੀ ਹੈ
ਗੁਰੀ ਉਹ ਕੰਮ ਹੋ ਗਿਆ ਨਾ ਪਹਿਲਾਂ ਜਿੱਦਾਂ ਪੈਨਸਲ ਚਲਾ ਕੇ ਵੇਖਣ ਦੇ ਹੁੰਦੇ ਆ ਜੇ ਗਲਤ ਲਿਖਿਆ ਗਿਆ ਨਾ ਲੰਮੇ ਪਾ ਲੈਣਾ ਮੈਂ ਇੱਥੇ ਆ ਕੀ ਸਾਲੇ ਤੇ ਗੱਲਾਂ ਜੱਟ ਰਹੇ ਤਾਂ ਲਾਈਵ ਕਿੱਥੇ ਲਿਖਣਾ ਸੀ ਦੂਜਾ ਲਿੰਗ ਨਾ ਰੈਫਰ ਜੱਟ ਨੂੰ ਤੂੰ ਮੋਟਾ ਕਰਤਾ ਜੀ ਇਹ ਤਾਂ ਮਾਮਾ ਪਿਘਲ ਜਾਣੀ ਆ ਤੇ ਆਹ ਪੈਡ ਜਿਹਾ ਨਾਲ ਲਿਆ ਜੀ ਘਰੇ ਚੱਲ ਆਪਾਂ ਦੱਸ ਦਈਏ ਇੱਥੇ ਦੱਸ ਦਿੰਦੇ ਭਰਾਵਾਂ ਅਸੀਂ ਆਹ ਲਿਖਿਆ ਜੀ ਜੇ ਉੱਥੇ ਕੇਕ ਇਹਨੂੰ ਕੱਟਣ ਲੱਗਿਆ ਕਿਤੇ ਪਿਘਲਿਆ ਵੀ ਹੋਇਆ ਨਾ ਸਮਝ ਜਾਣਗੇ ਕਿ ਆਹ ਲਿਖਾਇਆ ਸੀ ਹੈਂ ਭਾਜੀ ਹੋਰ ਦਿਓ ਜੀ ਪੈਰਸ ਨੇ ਆਪਣੇ ਇਹ ਕਰ ਲਿਆ ਵੀ ਮੋਟਾ ਜਿਹਾ जट लाइफ ਕਾਰੀਗਰ ਨਾ ਦੁਕਾਨਦਾਰ ਹੈ ਨਾ ਪਤਾ ਨਾ ਕਿਹੜਾ ਕੰਮ ਕਰਨਾ ਕਿੱਦਾਂ ਲਪੇੜਤਾ ਗੁਰੀ ਹੁਣ ਉੱਤੇ ਆ ਵੀ ਉਹ ਪੈਨਸਲਾ ਕੰਮ ਕੀਤਾ ਸੀ ਤੇ ਹੱਥ ਲਿਪੜਨੇ ਪਿੱਛੇ ਰਾ ਦੇ ਪੈਰਸ ਕੇਕ ਗਾੜੀ ਰੱਖ ਲੈਣਾ ਇਧਰ ਦੇਸ਼ਾ ਆ ਜਾ ਵੀ ਵੀਲ ਬਾਹਰ ਕੱਢਣੇ ਆਪਾਂ ਕੇਕ ਨਾ ਵੀਲ ਦੇ ਵਿੱਚ ਰੱਖਣਾ ਕੇਕ ਕੇਕ ਡਿੱਗੂਗਾ ਨਹੀਂ ਪੇਟੀ ਪਰਾਂ ਰੱਖ ਦੇ ਪੇਟੀ ਭਾਜੀ ਪਰਾਂ ਰੱਖ ਦੇ ਬਸ ਕੇਕ ਇਧਰ ਆ ਦੇ ਪੱਕਾ ਨਹੀਂ ਗਿਰਨਾ चिट्टी पाया मैं कद्दू की करदी कद्दू जवाड़ वाड़ के सेरिया होर डर नहीं अज कद्दू करना वे वे मोटे मोटे बंदे ना करना कावे शेरा किधर अंदर वाड़ी जाना इन बहर कड़ इन कद्दू जवाड़िए ਕੇਟੀਐਮ ਨੂੰ ਕੱਢੋ ਬਾਹਰ ਲਓ ਵੀ ਰਾਣੀਆਂ ਆ ਚੁੱਕੀਆਂ ਤਿੰਨ ਤੇ ਆ ਲੱਗੀਆਂ ਜੇ ਬਾਕੀ ਬਾਹਰ ਦਾ ਮਾਹੌਲ ਵੇਨੇ ਆ ਬਾਹਰ ਕੀ ਮਾਹੌਲ ਚੱਲਣ ਡਿਆ ਹੈ ਗੱਡੀ ਦੀ ਆਵਾਜ਼ ਮੈਨੂੰ ਬਾਹਰੋਂ ਹੀ ਆਉਂਦੀ ਬਾਹਰ ਕਿਹੜੀ ਕਿਹੜੀ ਲਾ ਇੱਕ ਫੋਰਚੂਨਰ ਆ ਲੱਗੀ ਆ ਬੱਲਾ ਬੱਲਾ ਛਾ ਗਿਆ ਪਾਣੀ ਅੱਧਾ ਘੰਟਾ ਹੋਰ ਪਾ ਦੇ ਪੈਲੀ 'ਚ ਲਓ ਵੀ ਨਵੀਂ ਥਾਰ ਵੀ ਪੁਰਾਣੀ ਥਾਰ ਵੀ ਕਿਆ ਬਾਤਾਂ ਹੀ ਆ ਪਈਆਂ ਹੈ ਨਜ਼ਾਰੇ ਹਾਂ ਸਰਪੰਚ ਤੂੰ ਪਹਿਲਾਂ ਰਸਾਂ ਦੇ ਜਾਂਦਾ ਮਾਮਾ ਹੈ ਦਾਦਾ ਨੀ ਬਸ ਖਾ ਪੀ ਲਈਏ ਕੁਝ ਹਾਂ ਹਾਂ ਗੋਰੀ ਗੋਰੀ ਪੂਰੀ ਫੌਜ ਗੋਰੀ ਅੱਜ ਹਾਂ ਬੇਬੇ ਤੂੰ ਆਂਦੀ ਨੀ ਰੋਜ਼ ਇਹਨਾਂ ਨੇ ਕਿਹੜਾ ਕੰਮ ਫੜਿਆ ਹੈ ਹੈਂ ਗੱਡੀਆਂ ਕੱਦੂ ਹੀ ਫੇਰ ਵਾੜਨ ਲੱਗੇ ਅੱਜ ਨਹੀਂ ਅੱਜ ਆਵੇ ਨਾਲ ਦੀ ਪਹਿਲੀ ਆਪਣੀ ਵਿਹਲੀ ਕੋਈ ਨੀ ਧੋਲਾਂਗੇ ਉਹ ਪਾਣੀ ਨੀ ਖਰਾਬ ਕਰਦੇ ਪਾਣੀ ਫੇਰ ਕੱਦੂ 'ਚ ਪਾ ਦੇਣਾ ਅਸੀਂ ओ बला बला बड़ी रौनक है सो रोड ते सोडी वीर वर्दी तो लानी पौगी गुरसाहब सिंह मुलाजम भरा मेरा है ड्यूटी चलिया फोन आ गया वेलो मुलाजमा की आ चीज होंगी है जिदन मुलाजमान नू फरलो लैनी हो भावे हफ्ता हफ्ता मिल जाती जिदन फन शन करना होदन अफसर बुला लेंगे इदा ही है ना हाँ जी सताज तुम तो रहोगे कि जाना वा ਇਹਨੂੰ ਤੁਸੀਂ ਰੱਖਣਾ ਕੋਲ ਉਹ ਤੂੰ ਗੁਰਵਾਉਂਦੇ ਰੋਟੀਆਂ ਨੂੰ ਹੋ ਗਿਆ ਹੈ ਓਏ ਮੰਮੀ ਓਏ ਫੇਰ ਆ ਗਿਆ ਜੇ ਤੋੜਾ ਕਣਕ ਦਾ ਘੋਰ ਭਿਆਲੀਏ ਆਪਾਂ ਹੈ ਇੱਕੋ ਬੁਰਕੀ ਰਹਿ ਗਈ ਲੈ ਕਰਤੀ ਵਿਕਣੀਆਂ ਖਾਧੀਆਂ ਕੁੜੀ ਗਿਣੀਆਂ ਰੋਟੀਆਂ ਦੇ ਕਿ ਨਹੀਂ ਹੈ ਗੁਰੂਆ ਤੁਹਾਨੂੰ ਭਾ ਕੇ ਸਾਡੇ ਜੋ ਦਰਸ਼ਨ ਹੋਏ ਤੁਹਾਡੇ ਹੈ ਹੁਣ ਤੇ ਗੁਰੂਆ ਤੈਨੂੰ ਬਲੌਗ ਵਾਲੇ ਮੈਂ ਆਉਂਦੇ ਵੇਲਾ ਅੱਜ ਮੈਂ ਬਾਹਰ ਗੱਡੀਆਂ ਵਿਖਾਉਣ ਡਿਆ ਮੈਨੂੰ ਨਹੀਂ ਪਤਾ ਅੰਦਰ ਆਇਆ ਏ ਓਏ ਇਹਨੂੰ ਤਾਂ ਬਲੌਗਾਂ ਵਾਲੇ ਵੀ ਚੇਤਾ ਭੁੱਲ ਗਿਆ ਵੀ ਸ਼ੇਰਾ ਕੋਈ ਚੀਜ਼ ਬੰਦਾ ਹੈਗਾ ਵਾ ਉਹ ਭਰਾਵਾ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਪੈਂਦਾ ਵਾ ਹੈਂ ਦਾਦਾ ਨੇ ਗੇੜਾ ਮਾਰ ਜਾਏਗਾ ਹਫ਼ਤੇ ਬਾਅਦ ਆ ਗਏ ਲਾਉਣ ਵੀ ਯਾਰਾ ਕੀ ਡਿਆ ਚੌਂ ਦਾ ਬੜਾ ਸ਼ਕੀਨ ਹੈ ਨਾ ਹੈ ਓਏ ਉਹ ਪੈਰਸ ਕਿੱਥੇ ਆ ਜੇ ਪੈਰਸ ਕਾ ਭਾਈ ਹੈ ਹੈਂ ਗੱਡੀਆਂ ਛੁੱਟ ਜਾਣਗੀਆਂ ਬਾਂਹ ਤੇ ਨਾ ਖਾਇਓ ਪਲੀਜ਼ ਪਲੀਜ਼
ਪਲੀਜ਼ ਨਾ ਖਾਓ ਹੈ ਪਲੀਜ਼ ਨਾ ਦਿਖਾਓ ਚਾਹੀਲ ਪੀਂਚੋ ਆ ਟੀ ਸ਼ਰਟ ਲਾ ਲਾ ਮੇਰਾ ਵੀਰ ਨਾ ਮੈਂ ਕਹਿਣ ਡਿਆ ਮਮਾ ਦਿਖਣ ਡਿਆ ਜਿਹੜਾ ਕਿਹਦਾ ਨਾਮ ਨਾਨੀ ਆਹੋ ਮੈਂ ਕਹਿਣ ਡਿਆ ਅਸੀਂ ਦਿਖਣ ਡਿਆ ਨਾ ਮੈਨੂੰ ਤਾਂ ਕਹਿਣ ਡਿਆ ਸੀ ਕਿੰਨੀਆਂ ਕਰਾਉਣੀਆਂ ਮਮਾ 10 12 ਅੱਗੇ ਹੋਈਆਂ ਐਵੇਂ ਨਾ ਮਜ਼ਾਕ ਕਰਿਆ ਕਰੋ ਗੁਰੂਆ ਤੁਸੀਂ ਬਾਜੋ ਭੈਣ ਤੇ ਉਹ ਗੱਲ ਸੀਰੀਅਸ ਮੈਟਰ ਤੜਾ ਕੇ ਰੱਖ ਦਿੰਦੇ ਤੁਸੀਂ ਬੰਦੇ ਦਾ ਚਲੋ ਆ ਜਾਓ ਚੱਲੀਏ ਬਾਹਰ ਸੋਢੀ ਵੀਰ ਨੂੰ ਜਾਣਾ ਪੈਣਾ ਆਈ ਐਮ ਸੌਰੀ ਸੋਢੀ ਵੀਰ ਕੱਦੂ ਜੀ ਤੁਹਾਨੂੰ ਨਜ਼ਰ ਨਹੀਂ ਆਉਣਗੇ ਪਰ ਸੋਢੀ ਦੇ ਚਾਚੇ ਦਾ ਮੁੰਡਾ ਆਪਣੇ ਕਾਬੂ ਆ ਚੁੱਕਾ ਆ ਉਹਨੂੰ ਇਹੀ ਜਾਣ ਦੇਣਾ ਹੈ ਸੋਢੀ ਵੀਰ ਠੀਕ ਹੈ ਨਾ ਪਰ ਤੂੰ ਜਾਣਾ ਕਰਦੇ ਆ ਗੱਡੀ ਤੇਰੀ ਰੱਖ ਲੈਣੀ ਆ ਹੈ ਛੁੱਟੀ ਲੈ ਲੈਣਾ ਗੱਲ ਬਸ ਇਹ ਛੁੱਟੀ ਲੈ ਲੈ ਫਿਰ ਛੁੱਟੀ ਲੈ ਜਾਣਾ ਮੈਂ ਕੋਈ ਅੱਛਾ ਮੈਂ ਇਹਨੂੰ ਚਾਹ ਚੜ ਕੇ ਜਦੋਂ ਕਹਿੰਦਾ ਛੁੱਟੀ ਲੈਣ ਲੱਗਾ ਛੁੱਟੀ ਲੈ ਲੈ ਭਰਾ ਨਹੀਂ ਛੁੱਟੀ ਮਿਲਦੀ ਮਿਲ ਜਾਣੀ ਮਿਲ ਜਾਣੀ ਚਲੋ ਕੋਈ ਨਹੀਂ ਇਟਸ ਓਕੇ ਸਕੀਮ ਤਾਂ ਚੰਗੀ ਦਿੱਤੀ ਇਹਨੇ ਵੈਸੇ ਆ ਜਾਓ ਚੱਲੀਏ ਬਾਹਰ ਫਿਰ ਹੈ ਉਰਾ ਪੈਰਸ ਗੱਲ ਸੁਣ ਬੰਦਿਆਂ ਨੂੰ ਦਰਸ਼ਨ ਤੇ ਕਰਾਇਆ ਗੁਰੂਆ ਕਹਿੰਦੇ ਪੈਰਸ ਨਹੀਂ ਆਉਂਦਾ ਹੈ ਆ ਤੂੰ ਬੇਗ ਲਾਲਾ ਸਿਰ ਤੋਂ ਮਾਮਾ ਇਹੀ ਲਾਦ ਨਹੀਂ ਬਾਅਦ ਚ ਤਾਰ ਦੇਣੀ ਮੈਨੇ ਅੱਜ ਮੈਂ ਫੇਂਕ ਦੇਣੀ ਭੈਣ ਚੋ ਪਰਵਾਹ ਕਰ ਹੈ ਇਹ ਜਗ੍ਹਾ ਲੈਣੀ ਇਹਨੇ ਲੱਗਦਾ ਨਾ ਜਲ ਪਰਵਾਹ ਕਰ ਦੇਣੀ ਆ ਜੀ ਅੱਜ ਵੀ ਲਾ ਦੇਣੀ ਬਿਗ ਜੀ ਵਿੱਚ ਹੈ ਉਹ ਲਿਆਓ ਸ਼ੇਰੇ ਸ਼ੇਰਾ ਤੋਂ ਲੇਟ ਉਹ ਸ਼ੇਰੇ ਗੱਲਬਾਤ ਸੁਣਾ ਗੁਰੂਆ ਇਹਨੇ ਚਰਾਂ ਬਾਅਦ ਆਇਆ ਤੇ ਸ਼ੇਰਾ ਮਰਾ ਪੜਿਆ ਸੀ ਤਾਂ ਹੋਇਆ ਤਗੜਾ ਤੇ ਕੋਈ ਸ਼ੱਕ ਥੋੜੀ ਆ ਜਾ ਦੋ ਦੋ ਹੱਥ ਕਰ ਲੈਨੇ ਕੱਦੂ ਚ ਲੱਗ ਜੂ ਪਤਾ ਪਰ ਇੱਕ ਗੱਲ ਹੈਗੀ ਬਾਪੂ ਨੇ ਤਾਂ ਲਵਾਇਆ ਜ਼ੋਰ ਬਾਅਦ ਸਰਪੰਚ ਨੇ ਖੇਚੀ ਦੇ ਪੈਂਦੇ ਆ ਸਟੈਮ ਨਾ ਨਹੀਂ ਹੈਗਾ ਸਟੈਮ ਨਾ ਤੇਰਾ ਕਿਹੜਾ ਹੈਗਾ ਯਾਰ ਤੁਸੀਂ ਵੀ ਸਟੈਮ ਨੇ ਮੰਗਾਏ ਡ੍ਰੀਮ ਸਿਟੀ ਦੇ ਵਿੱਚ ਡ੍ਰੀਮ ਸਿਟੀ ਦੇ ਵਿੱਚ ਸਟੈਮ ਨੇ ਤੁਸੀਂ ਵੀ ਮੰਗਾਲੇ ਮੈਂ ਸੁਣਿਆ ਤੁਹਾਡਾ ਉਹ ਛੋਜੀ ਭਾ ਨੂੰ ਪਤਾ ਲੱਗ ਗਿਆ ਬਿਜਲੀ ਗੱਲ ਚੱਲ ਜਿਹੜੀ ਗੱਲ ਤੋਂ ਅੱਜੇ ਪੈ ਗਈ ਲਾਸਟ ਸਟੈਂਡ ਸੀ ਡ੍ਰੀਮ ਸਿਟੀ ਉਹ ਤੋਂ ਬਾਅਦ ਸਟੈਂਡ ਨਹੀਂ ਹੋਇਆ ਓਏ ਤੇਰਾ ਬੜਾ ਪਾਣੀ ਭਰਿਆ ਗਿਆ ਬਸ ਜਦੋਂ ਆ ਧੋੜੀ ਟੱਕੀ ਗਈ ਤੇ ਚੱਲ ਗੱਡੀਆਂ ਵਿੱਚ ਕੀ ਹੋ ਸਹੀ ਉਹ ਖਾਸ ਹੈ ਖਾ ਦੇ ਆ ਜਾ ਆ ਜਾ ਤੇ ਆ ਮੁੜੀ ਆਉਣ ਲੱਗਾ ਉਹ ਸਹੀ ਮੜਿਆ ਕੀ ਆ ਜਾ ਪਖਾਈ ਬੁਖਾਰ ਦੇ ਚੱਲ ਕੁਛ ਨਹੀਂ ਹੁੰਦਾ ਕੀ ਹੈ ਇਹ ਕੀ ਆ ਉਹ ਚੀਚੀ ਸ਼ੁਰੂ ਤੋਂ ਸਹੀ ਸਾਲਿਆ ਨਿੱਕੇ ਦੇ ਪੈਰ ਮਾਰਨਾ ਕੰਨ ਨੂੰ ਠੋਗੀ ਲੱਗਦੀ ਹੁੰਦੀ ਉਹ ਜਦੋਂ ਨਿੱਕੇ ਨਿੱਕੇ ਜਵਾਕ ਜੰਮਦਾ ਨਹੀਂ ਖੇਡਦੇ ਨਹੀਂ ਹੁੰਦੇ ਉਹ ਪੰਗੂੜਾ ਲਿਆ ਦਿੱਤਾ ਘਰਦਿਆਂ ਨੇ ਤੇ ਪੰਗੂੜੇ ਦਾ ਪੈਪ ਜਿਹੜਾ ਨਾਲ ਹੀ ਕਰੇ ਸ਼ੁਰੂ ਤੋਂ ਇਦਾਂ ਜਮਾਂਦਰ ਹੋਈ ਹੈ ਹੁਣ ਮੈਂ ਕੁਝ ਬੋਲਣਾ ਨਹੀਂ 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 ਉਹ ਲੋ ਵੀ ਪਾਣੀ ਹੋ ਗਿਆ ਤੇ ਪਹਿਲਾਂ ਵਾੜਦੇ ਆਪਾਂ ਫੋਰਚੂਨਰ ਲਾਈਏ ਨੰਬਰ ਤੇ ਪਹਿਲਾਂ ਕਿਹਾ ਵੀ ਟ੍ਰਿਪ ਕਿਉਂ ਮੋਟਿਆ ਓਏ ਉਹ ਚਾਇਲ ਮੋਟਾ ਹੁੰਦਾ ਇਹਨਾਂ ਭੈਣ ਤੂੰ ਕਹਿੰਦੇ ਪਤਲਾ ਹੋ ਗਿਆ ਕਿੱਥੇ ਪਤਲਾ ਬਾਹਾਂ ਪਤਲੀਆਂ ਆਈਆਂ ਮੈਂ ਆਪਣਾ ਭਰਾ ਲੈ ਗਿਆ ਮੈਂ ਕਿੱਥੇ ਛੱਕਣਾ ਕਰੂੰਗਾ ਦੋ ਬੰਦੇ ਅੜ ਕੇ ਇੱਕੋ ਜਿੱਕੇ ਹੈਗੇ ਆ ਸਰਪੰਚ ਕਾਲੀ ਨਾ ਕਰ ਇਹੋ ਵਾੜਾਂਗੇ ਪਹਿਲਾਂ ਸਰਪੰਚ ਕਿੱਦਾਂ ਕਾਲਾ ਰਹਿੰਦਾ ਵੇਲਾ ਪਹਿਲਾਂ ਫੋਰਚੂਨਰ ਵਾੜਨੀ ਆ ਇਹਦਾ ਜ਼ੋਰ ਵੇਖਣਾ ਚੱਲ ਠੀਕ ਆ ਆ ਵੀਰ ਨੂੰ ਫੜਾ ਅੱਜ ਵੀਰ ਨੂੰ ਡਰਾਈਵਰੀ ਹੋਏ ਕਰੂਗਾ ਜੀ ਡਰਾਈਵਰ ਥੋੜ੍ਹ ਜਿਹਾ ਆਪਣੇ ਗੱਡੀਆਂ ਜ਼ਿਆਦੀਆਂ ਹੈਣੀਆਂ ਹੈ ਚੱਲ ਠੀਕ ਆ ਅੱਜ ਸਰਪੰਚਾ ਤੇਰੇ ਹਿਸਾਬ ਨਾਲ ਚੱਲਦੇ ਹਾਂ ਕਹਿੰਦੇ ਪਿਛਲੇ ਬਲੋਗ ਤੂੰ ਅੱਤਵੜੀ ਕਰਾਈ ਅੱਜ ਤੇਰੇ ਹਿਸਾਬ ਨਾਲ ਚੱਲਣਾ ਆਪਾਂ ਹਾਂ ਬਹੁਤ ਕਮੈਂਟ ਆਏ ਤੇਰੇ ਕਹਿੰਦੇ ਸਰਪੰਚ ਨੇ ਬਹੁਤ ਜਖਣਾ ਪੱਟੀ ਵਿੱਚ ਟਾਈਟਰ ਨਾਲ ਸਰਪੰਚ ਹਟਦਾ ਨਹੀਂ ਕਰਾਈ ਜਾਂਦਾ ਹੀ ਅੱਤ ਹਜੇ ਤੇ ਮੈਂ ਚਾਹੀਦਾ ਟੈਂਪਰੇਰੀ ਨੰਬਰ ਵੀ ਨਹੀਂ ਲੱਥਾ ਹਜੇ ਤੁਹਾਡਾ ਚਾਹ ਵੀ ਨਹੀਂ ਲੱਥਾ ਹੈ ਕਿੰਨੇ ਕੁ ਪਾਣੀ ਨਹੀਂ ਵੇਚਣਾ ਇਹ ਤਾਂ ਚੀਜ਼ ਚੈੱਕ ਕਰਨੀ ਚਾਹੀਦੀ ਹੈ ਨਾ ਚਾਹ ਵਾਲਾ ਨਹੀਂ ਨਹੀਂ ਇਹਨੂੰ ਪਿੱਛੇ ਲਾਉਣਾ ਇਹਨੂੰ ਦੋ ਨੰਬਰ ਤੇ ਤੀਜੇ ਨੰਬਰ ਤੇ ਕਿਹੜੀ ਲਾਉਣੀ ਸਰਪੰਚ ਦੂਜੀ ਥਾਰ ਲਾਉਣੀ ਥਾਰ ਤੇ ਪਿੱਛੇ ਥਾਰ ਚੱਲ ਠੀਕ ਹੈ ਡਰਾਈਵਰ ਵੀ ਲਾਇਆ ਯਾਰ ਕਿੰਨੇ ਡਰਾਈਵਰ ਮਾਰਨੀ ਨਹੀਂ ਅੱਜ ਜਾ ਲਿਆ ਫਿਰ ਐਕਸ਼ ਵੀ ਮਾਰਦੀ ਹੈ ਲੱਗ ਜੂ ਪਤਾ ਅੱਜ ਉਹਦਾ ਵੀ ਐਸੀ 4x4 ਕਰਾ ਦੀ ਨਾ ਹੈ ਮਗਰ ਆਪਾਂ ਤਾਂ ਕਰਾਉਣਾ ਉਹਨੂੰ ਪੂਰਾ ਹੋਈ ਚਾਬੀ ਨਾਲ ਦੀ ਨਾਲ ਡਰਾਈਵਰ ਨੂੰ ਫੜਾਈ ਜਾਂਦਾ ਗੱਡੀਆਂ ਲਾ ਕੇ ਹੈ ਡਰੀ ਕੋ ਜਾਣਾ ਦਿਲ ਰੱਖ ਕੋ ਨੀ ਆ ਜਾ ਜਿਹੜਾ ਗਰੰਟੀ ਚ ਆ ਹਜੇ ਤਾਂ ਗਰੰਟੀ ਚ ਬਾਪੂ ਨੂੰ ਫੜਾ ਫਿਰ ਨਹੀਂ ਦੇ ਸ਼ੇਰਾ ਤਿਆਰ ਹੁੰਦਾ ਆ ਹੈ ਸਕੂਟਰੀ ਮੈਂ ਨਾ ਛੱਡਣੀ ਨੀ ਸੰਦ ਕੋਈ ਛੱਡਣਾ ਨੀ ਆਪਾਂ ਤੇ ਚੱਲ ਵੀ ਰਾਣੀਏ ਹੋ ਜਾ ਕਾਇਮ ਲਓ ਵੀ ਮਿੱਤਰੋ 1 2 3 4 ਤੇ ਐਕਸਯੂਵੀ 5 ਤੇ ਟ੍ਰੈਕਟਰ 6 ਤੇ ਸ਼ੇਰੇ ਦੀ ਸਕੂਟਰੀ 7 ਇੱਕ ਆ ਸਾਈਕਲ 8
ਓਏ ਬੁਲਟ ਵੀ ਲਿਆਓ ਕੱਢ ਕੇ ਤੇ ਕੇਟੀਆਂ ਵੀ 10 ਸੰਦ ਪੂਰੇ ਕਰ ਲਏ ਮੈਂ ਸ਼ੇਰੇ 10 ਸੰਦ ਪੂਰੇ ਕਰ ਲਏ ਮੈਂ ਸਰਪੰਚ ਬਾਹਰ ਟੱਤਾਂ ਵਰਦਾ ਨਾ ਬਾਹਲਾ ਕਾਲਾ ਰਹਿੰਦਾ ਉੱਧਰ ਵੇਖ ਟਰੈਕਟਰ ਬੜਾ ਔਖਾ ਤੁਰਨ ਡਿਆ ਗੱਡੀਆਂ ਦਾ ਕੀ ਹਾਲ ਹੋਊਗਾ ਯਾਰ ਹੈ ਪਾਣੀ ਨਹੀਂ ਛੱਡਿਆ ਤੁਸੀਂ ਓਏ ਪਾਣੀ ਛੱਡਿਆ ਪਾਣੀ ਪੈਣ ਡਿਆ ਓਏ ਸਾਲੇ ਮੈਨੂੰ ਟਰੈਕਟਰ ਦੀਆਂ ਹੋਰ ਹੀ ਬਾਜਾਂ ਸੁਣਦੀਆਂ ਅੱਜ ਇਹ ਨਾ ਏਜੰਸੀ ਲਾਉਣਾ ਪਵੇ ਇਹ ਖਾਲੀ ਟਰੈਕਟਰ ਪਤਾ ਕਿਉਂ ਫੇਰਦੇ ਆ ਕਈ ਉਧਰ ਨੂੰ ਕਹਿੰਦੇ ਖਾਲੀ ਖਾਲੀ ਟਰੈਕਟਰ ਫੇਰਨ ਦੇ ਨਾਲ ਨਾ ਥੋੜੀ ਪੈਲੀ ਰੈਲੀ ਹੋ ਜਾਂਦੀ ਆ ਗੱਡੀਆਂ ਸੌਖੀਆਂ ਤੁਰ ਜਾਂਦੀਆਂ ਉਦਾਂ ਨਹੀਂ ਗੱਡੀ ਤੁਰ ਸਕਦੀ ਇਹਦੇ ਵਿੱਚ ਔਰ ਟਰੈਕਟਰ ਕਿੰਨਾ ਔਖਾ ਤੁਰਨ ਡਿਆ ਇਹ ਕਰਕੇ ਫੇਰਨਾ ਪੈਂਦਾ ਮਾੜਾ ਮੋਟਾ ਜਿਹਾ ਹਾਂ ਪੈਰਸ ਤੂੰ ਕਰੀ ਜਾਂਦਾ ਅੱਛਾ ਤੂੰ ਮਾਮਾ ਇੱਥੇ ਆ ਕੇ ਟਾਇਰ ਵੇਚੀ ਜਾਂਦਾ ਹੈ ਪੈਰਸ ਦਾ ਟਾਇਰਾਂ ਦਾ ਕੰਮ ਹੈ ਤੇ ਇੱਥੇ ਆ ਕੇ ਟਾਇਰ ਵੇਚੀ ਜਾਂਦਾ ਆ ਹੌਲੀ ਮੋੜੀ ਬੰਦੇ ਨਾਲ ਬੈਠਦੇ ਹਜੇ ਆਪਾਂ ਕੇਕ ਕੱਟਣਾ ਵਾ ਹਜੇ ਆਪਾਂ ਕੇਕ ਕੱਟਣਾ ਕੱਦੂ ਦੇ ਵਿੱਚ ਜਿਹੜੇ ਚੀਜ਼ਾਂ ਕਦੇ ਕੀਤੀਆਂ ਨੀ ਕਹਿੰਦੇ ਉਹ ਕਰਨੀਆਂ ਕੱਦੂ ਦੇ ਵਿੱਚ ਕੇਕ ਕੱਟਣਾ ਅੱਜ ਸਾਡੇ ਇੱਕ ਭਰਾ ਦਾ ਬਰਥਡੇ ਆ ਤੇ ਜੱਟ ਲਾਈਫ ਦਾ ਕੇਕ ਕੱਟਾਂਗੇ ਅੱਜ ਕਿਆ ਬਾਤਾਂ ਨਹੀਂ ਪੈਂਦੀ ਯਾਰ ਟੈਨਸ਼ਨ ਨਾ ਲੈ ਧਵਾ ਦਾਂਗੇ ਕਿਉਂ ਡਰੀ ਜਾਂਦਾ ਚਾਹਲ ਕਿਉਂ ਡਰਦੇ ਹੋ ਆਪ ਹੈ ਟੈਨਸ਼ਨ ਨਾ ਲੈ ਉਧਰ ਸਰਪੰਚ ਪੂਰਾ ਫਨ ਕਰਨ ਡਿਆ ਉਧਰ ਵੇਖ ਲਾਟਾਂ ਮਰਾਉਂਦਾ ਆਉਂਦਾ ਟਰੈਕਟਰ ਦੀਆਂ ਉਧਰ ਵੇਖ ਓਏ ਕਿਆ ਬਾਤ ਹੈ ਸਰਪੰਚ ਚੱਲ 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 ਓਕੇ ਆ ਉਹ ਕੱਦੂ ਜੋ ਕੱਦੂ ਜਿੱਦਾਂ ਨੀ ਕੱਦੂ ਜੋ ਚਲੋ ਏਦਾਂ ਕੱਦੂ ਲੈ ਜਾ ਚੱਲ 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 ਲੱਗ ਜੂ ਪਤਾ ਜੇ ਨਾ ਖੜਿਆ ਗਿਆ ਨਾ ਮਾਮਾ ਪਰ ਸ਼ਿੰਦੇ ਦਾ ਪੋਤਰਾ ਨਹੀਂ ਵੱਜਣਾ ਤੂੰ ਚੱਲ 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 ਲੈ ਜਾ ਭੱਜਣਾ ਨਾ ਚਾਹੀਦਾ ਏ ਚੱਲ 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 ਕੱਦੂ ਜੀ ਕੱਦੂ ਕੱਦੂ ਜੀ ਇੱਧਰ ਇੱਧਰ ਲਿਆ ਇੱਧਰ ਲਿਆ ਇੱਧਰ 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 ਲਿਆ ਇੱਧਰ ਬਾਲ ਨਹੀਂ ਫੜਨੇ ਬਾਲ ਨਹੀਂ ਫੜਨੇ ਠੀਕ ਆ ਬਾਲ ਨਹੀਂ ਫੜਨੇ ਕੱਦੂ ਜੀ ਖੜ ਉੱਧਰ ਲਲਕਾਰਨ ਡਿਆ ਤੈਨੂੰ ਇੱਧਰ ਹੋ ਸਕਦਾ ਜਿਹਨੇ ਮੋਢੇ ਲਵਾਤੇ ਬਸ ਉਹ ਡਰਾਈਵਰ ਚੇਂਜ ਕਰਤਾ ਜੇ ਬਾਹਰ ਲਾ ਟਰੈਕਟਰ ਇੱਧਰ ਲਾ ਦੇ ਚਲੋ ਚੱਲ ਇੱਧਰ ਕੱਦੂ ਜੀ ਕੱਦੂ ਜੀ ਕੱਦੂ ਜੀ ਕੱਦੂ ਜੀ ਉਹ ਕੱਦੂ ਜੀ ਉਹ ਮਾਮਾ ਇੱਧਰ ਉਹ ਇੱਧਰ ਇੱਧਰ ਲਿਆਓ ਇੱਧਰ ਲਿਆਓ ਇੱਧਰ ਆਓ ਇੱਧਰ ਇੱਧਰ ਬਹੁ ਇੱਧਰ ਇੱਧਰ ਜਿਹਨੇ ਪਿੱਠ ਲਾ ਦੀ ਬੁਲਟ ਰੱਖਿਆ ਜੇ ਨਾਮ ਹੀ ਆਹੋ ਇੱਧਰ ਚਲਾਉਣ ਦਵਾਂਗੇ ਮਾਮਾ ਬਹੁ ਇੱਧਰ ਆਓ ਇੱਧਰ ਆਓ ਇਹਦੇ ਪਾਸੇ ਆਓ ਇੱਥੇ ਆ ਕੇ ਇੱਥੇ ਆਓ ਨਾ ਉਹ ਇੱਥੇ ਲਿਪੜ ਜਾਣਾ ਮੇਰੇ ਪੇਟ ਨੇ ਉਹ ਲਿਪੜ ਦੇ ਤੇ ਰੱਖਿਆ ਵਾ ਆ ਜੂੜਾ ਖੋਲਦਾ ਜਰਾ ਗੱਲ ਗਲਤ ਤੇ ਵਾਲ ਨਹੀਂ ਫੜਨੇ ਹਾਂ ਹਾਂ ਸ਼ੇਰੇ ਪਿਛਾ ਲੈ ਟਿਕਟ ਪਿਛੇ ਲੈ ਆ ਪਰਾ ਰੱਖ ਪਰਾ ਰੱਖ ਟਾਇਰ ਬਾਹਰ ਕਢਾਏ ਇਹਦੇ ਜੂੜਾ ਬਣ ਕੱਦੂ ਜਾਓ ਇੱਧਰ ਇੱਦਾਂ ਥੋੜਾ ਮਜ਼ਾ ਆਉਂਦਾ ਬਾਹਰ ਤਹੀਂ ਵੀ ਘੋਲਣਾ ਹੈਂ ਲਾ ਯਾਰ ਫਿਰ ਨਹੀਂ ਮਜ਼ਾ ਆਉਣਾ ਉਹ ਕੀ ਕਿਹਾ ਡਰ ਗਿਆ ਨਾ ਇਹ ਓਏ ਹੋ ਗਿਆ ਹੁਣ ਮਾਮਾ ਬੇਇੱਜ਼ਤੀ ਕਰਾਤੀ ਆ ਸ਼ਿੰਦੇ ਅੰਕਲ ਦੀ ਅੱਗੇ ਹੋਟਲ ਦੋ ਟੈਨ ਵੜੀਆਂ ਨਾ ਤਾਂ ਓਏ ਕਿਉਂ ਕੱਦੂ ਜੀ ਕੀ ਆ ਡਰਦਾ ਵਾ ਓਏ ਉਹ ਲੈ ਕਾਰਨ ਆ ਮਾਮਾ ਪੂਰਾ ਤੈਨੂੰ ਅੱਗੇ ਉਹਦੇ ਹੈਂ ਆ ਸ਼ਰ ਇੱਧਰ ਵੱਜ ਮੈਂ ਉਹ ਬਾਪੂ ਕਿੱਥੇ ਅੱਜ ਬਾਪੂ ਨੀ ਦਿਖਣ ਡਿਆ ਉਹ ਚਪਲਾ ਲਾਓ ਲਾ ਇੱਥੇ ਲਾਓ ਨਾ ਗੱਡੀ ਲਾ ਲਈ ਤੇਰੀਆਂ ਬਾਹਰ ਜਨਲ ਆ ਅਸੀਂ ਡੁਪਲੀਕੇਟ ਬਾਹਰ ਲਾਉਣ ਡਿਆ ਤੂੰ ਜਨਲ ਵਿੱਚ ਲਾਈ ਜਾ ਬਾਪੂ ਕਿੱਥੇ ਯਾਰ ਬਾਪੂ ਨੂੰ ਬਾਈ ਮਾਰ ਕੇ ਲਿਆ ਜਾ ਹਾਂ ਚਾਚਾ ਆ ਜਾਓ ਫਿਰ ਆ ਜਾਓ ਫਿਰ ਹਾਂ ਲਾੜਾ ਕਮੀਜ਼ ਇਹ ਨਹੀਂ ਫੜਨਾ ਮੇਰੇ ਨਾਲ ਕਰਨੀ ਮੇਰੇ ਨਾਲ ਨਹੀਂ ਕਰਨੀ ਮੈਂ ਥੱਕਿਆ ਅਜੇ ਮੇਰੇ ਨਾਲ ਨਹੀਂ ਕਰਨੀ ਆਂਦਾ ਕੁੜੀ ਨੇ ਮੈਨੂੰ ਚੱਲਿਆ ਮੈਂ ਨਸ਼ਾ ਉਹ ਲੈ ਚੇਤਾ ਭੁੱਲ ਗਿਆ ਮੈਨੂੰ ਗਾੜੀਆਂ ਆਉਂਦਾ ਰੱਸਾ ਲਿਆਂਦਾ ਰੱਸਾ ਖਿੱਚਣਾ ਰੱਸਾ ਮੋਗੇ ਬੰਦੇ ਕਿਹੜੇ ਕਿਹੜੇ ਉਧਰ ਹੋਣੇ ਵੀ ਵੇਖ ਲਾ ਗਾੜੀ ਨਹੀਂ ਪਿਆ ਮੀਟੀ ਪੂਰੀ ਨਹੀਂ ਰੱਸਾ ਕੁੜੀ ਦੇ ਖਿਆ ਰਹੇ ਹੁੰਦੇ ਆਵੇ ਪਿਆ ਲੋ ਵੀ ਹੈ ਰੱਸੇ ਬਾਹਰ ਤੇ ਬੜੇ ਖਿੱਚੇ ਹੋਣਗੇ
ਜਿਹੜਾ ਅੰਦਰ ਖਿੱਚਣਾ ਜਿਹੜਾ ਅੰਦਰ ਖਿੱਚ ਕੱਦੂ ਦੇ ਵਿੱਚ ਰਸਾ ਰਸੇ ਦਾ ਪਊਗਾ ਮੈਚ ਹੈ ਆ ਜਾਓ ਫਿਰ ਆ ਨਿੱਕੀ ਗੈਂਗ ਵੀ ਨਾਲ ਅੱਜ ਨਿੱਕੀ ਸਾਰੀ ਆ ਜਾ ਪਿੱਧੀ ਇੱਧਰ ਆ ਕੀ ਪਿੱਧੀ 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 ਅੱਛਾ ਪਿੱਧੀ ਆ ਪਿੱਧੀ ਆ ਜਾਓ ਫਿਰ ਵੀ ਆ ਜਾਓ ਆਵੇ ਛੋਟੇ ਵੱਡੇ ਵੀਰ ਆ ਸ਼ੇਰ ਦਾ ਕਰੋ ਹੱਲ ਕੋਈ ਪਹਿਲਾਂ ਪੈਰ ਲਬੇੜੀ ਫਿਰਦਾ ਹੈ ਅੱਜ ਇਹਨੇ ਮੈਨੂੰ ਧੱਕਾ ਮਾਰ ਕੇ ਵੇਚ ਛੱਡਤਾ ਮੈਂ ਹੁਣ ਜਾ ਕੇ ਭਾਈ ਤੂੰ ਟਰੈਕਟਰ ਦੀ ਭੈਣ ਦੀ ਗੱਲ ਦੇਈ ਆਉਣਾ ਵਾ ਤੈਨੂੰ ਨਹੀਂ ਪਤਾ ਆਪਣਾ ਦਾਦਾ ਵਾਇਆ ਕਿਹਦੇ ਸ਼ੇਰ ਨਹੀਂ ਤੂੰ ਉੱਦਾਂ ਤੇਲ ਮਾਰਤਾ ਹੈ ਉੱਦਾਂ ਹੀ ਮੈਂ ਇੱਥੇ ਕਰ ਜਿਹੜਾ ਤੇ ਦੱਸ ਉਹਦੇ ਵਿਚਾਰੇ ਨੇ ਕੋਈ ਦੁਕਾਨ ਕੀ ਕਰਨ ਦਿਆ ਪਰ ਫੋਨ ਚੋਂ ਨਿਕਲਦਾ ਗੁੱਸਾ ਤੈਨੂੰ ਹੋਰ ਕਹੇ ਤੇ ਆ ਹੈ ਤੇ ਤੂੰ ਟਰੈਕਟਰ ਸਾਡੇ ਤੇ ਕੱਢੀ ਜਾਂਦਾ ਕਿਤੇ ਗੁੱਸਾ ਦਾ ਗੁੱਸਾ ਮਾਮੇ ਤੇ ਆ ਹੈ ਪੂਰਾ ਰਹਦਾ ਹੱਥ ਪਾ ਕੇ ਤੇ ਰਾਈ ਨਹੀਂ ਆਉਣ ਦਿੰਦਾ ਇਹਨੂੰ ਨਹੀਂ ਆਉਣ ਨਹੀਂ ਦਿੰਦਾ ਹੱਥ ਪਾ ਕੇ ਅੱਗੇ ਉੱਥੇ ਹੱਥ ਬਣਾ ਬਣਿਆ ਹੋਇਆ ਕਿ ਇਹਦਾ ਮੂੰਹ ਵੇਖ ਦਾ ਕੀ ਮੈਂ ਗਿਆ ਨਾ ਹੈ ਉੱਥੇ ਮੈਂ ਉਹ ਦੁਕਾਨੇ ਜਿੱਥੇ ਆਉਂਦੇ ਬਾਹਰ ਪਾ ਦਿੰਦੇ ਆ ਪਾ ਜਾਂਦੇ ਉਹ ਚਲੋ ਬਈ ਫਾਰਚੂਨ ਵਾਲਾ ਵੀ ਰਵੇ ਗੋਰੀ ਆ ਜਾ ਵਾ ਇੱਧਰ ਕੈਮਰੇ ਵੱਲ ਚਲੋ ਬੋਲੀ ਮੈਂ ਜਾਣੀ ਆ ਤੁੱਦ ਜਾ ਤੈਨੂੰ ਸਮਝਾ ਦੇ ਗੋਰੀ ਓਏ ਜਿਹੜਾ ਵੀਡੀਓ ਨਹੀਂ ਬਣਦੀ ਪੂਰੀ ਬੰਦੇ ਮੁੜ ਕੇ ਲਿਆ ਹੈ ਆ ਮੋਟਰ ਸਾਈਡ ਕਰ ਗੋਰੀ ਕਿਹੜੇ ਵਾਲਾ ਗੱਡੀ ਨੰਗਣੀ ਨਾ ਤੁਰ ਲੱਗੋ ਦੱਸਾਂ ਸੀਨਾ ਪੁੰਝ ਲੋ ਓਕੇ ਲਾਈਟ ਆ ਸੀਨੇ ਵੇਹੇ ਆਉਂਦਾ ਗਾੜੀ ਲਾਦਾ ਗਾੜੀ ਲਾਇਆ ਬੰਦੇ ਨੂੰ ਉਹ ਮੇਰੀ ਗੱਲ ਸੁਣ ਘੜੀ ਭਵ ਰਿਆ ਤੂੰ ਤੁਸੀਂ ਥੋੜਾ ਭੱਜਣਾ ਵਾ ਗੱਡੀ ਜਾਣੀ ਮੇਰੀ ਗੱਲ ਸੁਣ ਮੈਂ ਬੜਾ ਪਾਸੇ ਲਾਉਣਾ ਮੈਂ ਤਾਂ ਗਾੜੀ ਲਾਉ ਗਈ ਨਹੀਂ ਨਹੀਂ ਗਾੜੀ ਕਿਹੜਾ ਟੋਜਨ ਬਾਈਕ ਨਹੀਂ ਆ ਚੱਲ ਕੁਛ ਨਹੀਂ ਆ ਮਾਰ ਨਾ ਲਾ ਨਾ ਇਦਾਂ ਕਿਦਾਂ ਖੋਜ ਜੂਗੀ ਫੋਰ ਬਾਈ ਆ ਬਾਰ ਅਸ਼ੀਰ ਕਰਾ ਮਾਰ ਅੱਜ ਤੋਂ ਅੱਜ ਨਾ ਆ ਗਏ ਖਿੱਚ ਕੇ ਨਾ ਨਾ ਮੈਂ ਗੱਡੀਆਂ ਨੇ ਕਿਹੜੇ ਚੱਲਦੀਆਂ ਬਾਰ ਉਹ ਲੈ ਚੱਲ 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 ਚੱਲ